डीएपी का रेट वधन ते किसानां च भारी रोह देखण नूं मिल रहा है। किसान मजदूर संघर्ष कमेटी वालों डीएपी सने किसानी के तमाम मुद्दों से संघर्ष वढ़न का ऐलान किया गया। 5 मई नूं पंजाब भर च डीसी दफ्तर अगे किसानां वालों धरने लगाए जाणगे। ਐਰਕੀ ਕਣਕ ਦਾ ਝਾੜ ਵੀ ਘੱਟ ਨਿਕਲਿਆ ਵਾ। ਦੂਸਰੇ ਬੰਨੇ ਜਿਹੜਾ ਵਾ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਹੋਵੇ, ਫਸਲਾਂ ਦੇ ਭਾਵਾਂ 'ਤੇ ਕੋਈ ਸਰਕਾਰ ਸਾਨੂੰ ਭਾਅ ਦੇਣ ਨੂੰ ਤਿਆਰ ਨਹੀਂ ਹੈਗੀ। ਇੱਕ ਬੰਨੇ ਡੀਜ਼ਲ ਦੇ ਰੇਟ ਇਸ ਸਮੇਂ 'ਚ ਉਵੇਂ ਤਾਂ ਪੂਰੇ ਸਾਲ 'ਚ ਲੈ ਲਈਏ ਤਾਂ 20-25 ਰੁਪਏ ਵਧੇ ਆ, ਇਸ ਸਮੇਂ 10 ਰੁਪਏ ਡੀਜ਼ਲ ਦਾ ਰੇਟ ਵੱਧ ਗਿਆ। ਖਾਦਾਂ ਦੇ ਰੇਟ ਵੱਧ ਗਏ, ਪੈਸਟੀਸਾਈਡ ਦੇ ਰੇਟ ਵੀ ਵੱਧ ਜਾਣੇ ਆ।